ਵੈਸਟ ਪੰਜਾਬ ਦੇ ਅੰਦਰ ਕੀ ਕੁਛ ਛੁਪਿਆ ਪਿਆ ਹੈ। ਮੈਨੂੰ ਕਦੀ ਕਦੀ ਖੁਦ 'ਤੇ ਵੀ ਹੈਰਾਨਗੀ ਆਉਂਦੀ ਹੈ ਔਰ ਕਦੀ ਕਦੀ ਮੈਂ ਖੁਦ ਵੀ ਹੈਰਾਨ ਹੋ ਜਾਂਦਾ ਵਾਂ ਕਿ ਰੱਬ ਦੇ ਰੰਗ ਜਿਹੜੇ ਨੇ ਉਹ ਕਿੰਨੇ ਨਿਰਾਲੇ ਨੇ। ਬਹਾਰ ਦੀ ਆਮਦ ਆਮਦ ਦੇ ਮੌਸਮ, ਰਾਤ ਦਾ ਠੰਡਾ ਔਰ ਦਿਨੇ ਹਲਕੀ ਹਲਕੀ ਗਰਮੀ ਜੀ ਹੋ ਗਈ ਹੈ। ਬੜਾ ਮਜ਼ਾ ਆਉਂਦਾ ਹੈ ਇਸ ਸੀਜ਼ਨ ਦੇ ਵਿੱਚ। ਤੇਜ਼ ਹਵਾਵਾਂ ਚੱਲਦੀਆਂ ਨੇ ਨੌਰਥ ਤੋਂ ਸਾਊਥ ਵਾਲੇ ਪਾਸੇ, ਤੁਸੀਂ ਮਹਿਸੂਸ ਕਰ ਸਕਦੇ ਹੋ। ਅਤੇ ਆਓ ਜ਼ਰਾ ਅਸੀਂ ਦੇਖਦੇ ਹਾਂ ਖਾਲਸਾ ਰਾਜ ਫੁੱਟਸਟੈਪਸ ਇਨ ਮੰਗਾ। ਗੱਲ ਹੈ ਕਿ ਇਹ ਪਾਣੀ ਦੀਆਂ ਬੰਨਾਂ, ਇਹ ਸਾਰਾ ਕੁਝ ਜਿਹੜਾ ਅੱਜ ਵੀ ਆਬਾਦ ਦੇ ਲੋਕ ਇਹਨਾਂ ਤੋਂ ਫਾਇਦੇ ਚੁੱਕਦੇ ਨੇ ਔਰ ਯਾਦ ਕਰਦੇ ਨੇ। ਜਿਹਦੇ ਕੋਲੋਂ ਮਰਜ਼ੀ ਪੁੱਛ ਲਓ ਇੱਥੇ ਆ ਕੇ ਉਹ ਸਾਫ਼ ਕਹਿੰਦਾ ਕਿ ਯਾਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਕਿ ਪੁੱਛੋ ਕਿੰਨੇ ਬਣਾਈਆਂ, ਯਾਰ ਇਹ ਸਿੱਖਾਂ ਦੇ ਵੇਲੇ ਦੀ ਬਣੀ ਹੈ। ਕੋਈ ਬੰਦਾ ਤਾਂ ਹੈ ਕਿ ਜਿਹੜੇ ਖਾਲਸਾ ਰਾਜ ਨੂੰ ਇੱਥੇ ਜਿਹੜਾ ਮਿਸ ਕਰਦਾ, ਉਹਨੂੰ ਯਾਦ ਆਉਂਦੀ ਹੈ ਜਾਂ ਕੋਈ ਅੱਛਾ ਕੰਮ ਜਿਹੜਾ ਉਹ ਯਾਦ, ਕਹਿੰਦੇ ਨੇ ਯਾਦਾਂ ਰਹਿ ਜਾਂਦੀਆਂ ਨੇ ਔਰ ਇਨਸਾਨ ਵਿਛੜ ਜਾਂਦਾ। ਇਹ ਉੜਦੇ ਪੱਖੂ ਇਨਸਾਨ ਨੂੰ ਹਰ ਚੀਜ਼ ਯਾਦ ਕਰਾਉਂਦੇ ਨੇ ਕਿ ਇਹ ਦੇਖੋ ਇਹਨਾਂ ਦਾ ਘਰ ਹੈ, ਇਹ ਸਾਰਾ ਇਹਨਾਂ ਚੀਜ਼ਾਂ ਦਾ ਇਹ ਘਰ ਹੈ। ਔਰ ਇੱਥੇ ਕਮਿਊਨਿਟੀਜ਼ ਦੇ ਨਾਲ ਬਰਡ ਜਿਹੜੇ ਨੇ ਸ਼ਾਮ ਦੇ ਟਾਈਮ 'ਤੇ ਤਾਂ ਬਹੁਤ ਜ਼ਿਆਦਾ ਮਿਲਦੇ ਨੇ। ਇਹ ਰੀਅਲ ਰੀਅਲ ਜਿਹੜੇ ਖਾਲਸਾ ਰਾਜ ਫੁੱਟਸਟੈਪਸ ਜਿਹੜੇ ਨੇ ਇਨ ਪਾਕਿਸਤਾਨ, ਜਾਂ ਪੰਜਾਬੀ ਕਲਚਰ ਐਂਡ ਹੈਰੀਟੇਜ ਜਿਹੜਾ ਬੜਾ ਰਿਚ ਹੈ ਸਾਡੇ ਨੌਰਥ ਵੈਸਟ ਪਾਕਿਸਤਾਨ ਦੇ ਅੰਦਰ, ਉਹਨੂੰ ਲੈ ਕੇ ਮੈਂ ਇਸ ਜਗ੍ਹਾ ਦੇ ਉੱਤੇ ਆਇਆ ਵਾਂ। ਕਦੇ ਕਦੇ ਤਾਂ ਇਹ ਬੋਰਡ ਦੀਆਂ ਜੜ੍ਹਾਂ, ਦਰਖਤ ਮੈਨੂੰ ਬਹੁਤ ਕੁਛ ਯਾਦ ਕਰਾਉਂਦੇ ਨੇ, ਬਹੁਤ ਕੁਛ ਯਾਦ ਕਰਾਉਂਦੇ ਨੇ। ਮੈਂ ਉਹਨਾਂ ਨੂੰ ਵੇਖਦਾ ਰਹਿੰਦਾ ਵਾਂ ਔਰ ਮੈਨੂੰ ਪਤਾ ਨਹੀਂ ਕੀ ਕੁਛ ਹੁੰਦਾ, ਗੁਜ਼ਰੇ ਵਕਤ ਦੀ ਇੱਕ ਇੱਕ ਚੀਜ਼ ਯਾਦ ਆ ਜਾਂਦੀ ਹੈ ਕਿ ਇੱਥੇ ਲੋਕ ਕਿਸ ਤਰ੍ਹਾਂ ਵੱਸਦੇ ਹੋਣਗੇ, ਕਿੰਨੀ ਮਿਹਨਤ ਕੀਤੀ ਹੋਏਗੀ ਉਹਨਾਂ ਲੋਕਾਂ ਨੇ ਜਿਹੜੇ ਲੋਕ ਇਸ ਜਗ੍ਹਾ ਦੇ ਉੱਤੇ ਜਿਨ੍ਹਾਂ ਨੇ ਆ ਕੇ ਜਗ੍ਹਾ ਆਬਾਦ ਕੀਤੀਆਂ। ਐਨੀਵੇ ਪੰਜਾਬ ਦੀ ਵੰਡ ਜਿਹੜੀ ਹੈ ਹੋ ਗਈ ਔਰ ਪੰਜਾਬ ਵੰਡਿਆ ਗਿਆ ਔਰ ਉਸ ਤੋਂ ਬਾਅਦ ਮੇਰੇ ਵਰਗਾ ਇੱਕ ਨਿਕੰਮਾ ਬੰਦਾ ਉੱਠਿਆ ਔਰ ਪੰਜਾਬ ਦੀ ਇਸ ਹਿਸਟਰੀ ਨੂੰ ਦੁਬਾਰਾ ਤੋਂ ਖੋਦਣ ਵਾਸਤੇ ਨਿਕਲ ਪਿਆ। ਮੈਂ ਜਿੱਥੇ ਵੀ ਪਾਣੀ ਦੀ ਬੰਨ ਵੇਖਣਾ ਵਾਂ, ਵਾਟਰ ਰੈਜ਼ਰਵਾਇਰ ਦੇਖਣਾ ਵਾਂ, ਅਤੇ ਉੱਥੇ ਹੀ ਮੈਨੂੰ ਕੁਛ ਮਹਿਸੂਸ ਹੁੰਦਾ ਕਿ ਵੀ ਮੈਂ ਇਹਨਾਂ ਕੋਲ ਜਾਵਾਂ, ਜਿਵੇਂ ਮੈਨੂੰ ਇਸ ਤਰ੍ਹਾਂ ਐਵੇਂ ਕਿ ਜਿਵੇਂ ਮੈਨੂੰ ਇਹ ਦਰਖਤ ਬੁਲਾਉਂਦੇ ਨੇ ਆਪਣੇ ਕੋਲ। ਇਹ ਦੇਖੋ ਜਿਵੇਂ ਇੰਜੀ ਜਿਸ ਤਰ੍ਹਾਂ ਇਹ ਦਰਖਤ ਮੈਨੂੰ ਬੁਲਾਉਂਦੇ ਨੇ ਆਪਣੇ ਕੋਲ, ਉਹਨਾਂ ਕੋਲ ਆ ਜਾਣਾ ਚਲਾ ਆ ਜਾਣਾ, ਪਤਾ ਨਹੀਂ ਕਿਉਂ ਮੈਨੂੰ ਮਹਿਸੂਸ ਹੁੰਦਾ ਕਿ ਜਿਵੇਂ ਇਹਨਾਂ ਜਿਸ ਤਰ੍ਹਾਂ ਇਹਨਾਂ ਬੋੜਾਂ ਦੀਆਂ ਜੜ੍ਹਾਂ ਜਿਹੜੀਆਂ ਨੇ ਬਹੁਤ ਕੰਨੀਆਂ ਨੇ, ਬਹੁਤ ਗਹਿਰੀਆਂ ਨੇ ਇਸ ਫੀਲਡ ਦੇ ਵਿੱਚ। ਉਸ ਤਰ੍ਹਾਂ ਮੇਰਾ ਵੀ ਇਹਨਾਂ ਨਾਲ ਕੋਈ ਗਹਿਰਾ ਤਲਕ ਹੈ, ਕੋਈ ਗਹਿਰਾ ਸੰਬੰਧ ਹੈ। ਬਹੁਤ ਕੋਸ਼ਿਸ਼ ਕੀਤੀ ਹੈ ਲੱਭਣ ਦੀ, ਮੈਂ ਲੱਭ ਨਹੀਂ ਪਾ ਰਿਹਾ, ਲੇਕਿਨ ਇੱਕ ਦਿਨ ਜ਼ਰੂਰ ਆਏਗਾ ਕਿ ਬਾਬਾ ਬੋਰਡ ਦੇ ਨਾਲ ਜਿਹੜਾ ਮੇਰਾ ਤਲਕ ਹੈ ਬਹੁਤ ਗਹਿਰਾ ਤਲਕ ਹੈ, ਉਹਦੇ 'ਤੇ ਮੈਂ ਪਹੁੰਚ ਹੀ ਜਾਵਾਂਗਾ ਕਿ ਆਖਿਰ ਮੇਰੇ ਨਾਲ ਇਸ ਬਾਬਾ ਬੋਰਡ ਦੀਆਂ ਕੀ ਯਾਦਾਂ ਨੇ, ਕਿਉਂ ਮੈਨੂੰ ਇਹ ਦਰਖਤ ਮੈਨੂੰ ਕਿਉਂ ਆਪਣੇ ਕੋਲ ਬੁਲਾ ਲੈਂਦੇ ਨੇ, ਕਿਉਂ ਮੈਨੂੰ ਜਾਂਦੇ ਜਾਂਦੇ ਮੈਨੂੰ ਮੇਰਾ ਰਾਹ ਰੋਕ ਲੈਂਦੇ ਨੇ ਔਰ ਮੈਨੂੰ ਇਸ ਤਰ੍ਹਾਂ ਜਿਸ ਤਰ੍ਹਾਂ ਮੈਨੂੰ ਬੁਲਾ ਲੈਂਦੇ ਨੇ ਕਿ ਤੂੰ ਮੇਰੇ ਕੋਲ ਆ ਜਾ। ਹੁੰਦਾ ਤਾਂ ਬਹੁਤ ਦਰਦ ਹੈ, ਲੇਕਿਨ ਯਾਦਾਂ ਹੁੰਦੀਆਂ ਨੇ, ਚੰਗੀਆਂ ਹੋਣ ਖੋਰੀਆਂ ਹੋਣ। ਇਸ ਵਾਸਤੇ ਮੈਂ ਆ ਗਿਆ ਸਾਂ ਅੱਜ ਮੰਦਰ ਦੇ ਕੋਲ ਇੱਕ ਜਗ੍ਹਾ ਦੇ ਉੱਤੇ, ਇਹ ਬਾਬਾ ਬੋਰਡ ਦੀ ਦਾੜੀ ਹੈ ਅਤੇ ਇਹਨੂੰ ਅਸੀਂ ਇੱਥੇ ਆਪਣੀ ਜ਼ਬਾਨ ਦੇ ਵਿੱਚ ਏਰੀਅਲ ਰੂਟਸ ਜਿਹੜੀਆਂ ਨੇ ਉਹਨਾਂ ਨੂੰ ਬਾਬਾ ਬੋਰਡ ਦੀ ਜਿਹੜੀ ਹੈ ਉਹ ਦਾੜੀ ਅਸੀਂ ਕਹਿੰਦੇ ਹਾਂ ਕਿ ਵੀ ਆਹ ਬੋਰਡ ਦੀ ਦਾੜੀ ਹੈ।
ਸ਼ਾਇਦ ਇੱਕ ਬੰਦੇ ਨੇ ਮੈਨੂੰ ਦੱਸਿਆ ਸੀ ਈਸਟ ਪੰਜਾਬ ਦੇ ਵਿੱਚ ਤਾਂ ਤਕਰੀਬਨ ਲੋਕਾਂ ਨੇ ਮੈਡੀਸਨ ਬਣਾ ਬਣਾ ਕੇ ਇਹਨਾਂ ਨੂੰ ਬਿਲਕੁਲ ਹੀ ਖਤਮ ਕਰ ਦਿੱਤਾ, ਲੇਕਿਨ ਸਾਡੇ ਇੱਥੇ ਫਿਰ ਵੀ ਅੱਜ ਵੀ ਬਹੁਤ ਜ਼ਿਆਦਾ ਸਾਰੇ ਦਰੱਖਤਾਂ ਦੀਆਂ ਜਿਹੜੀਆਂ ਜੜ੍ਹਾਂ ਨੇ ਏਰੀਅਲ ਰੂਟਸ ਜਿਹੜੀਆਂ ਨੇ ਲਮਕਦੀਆਂ ਨਜ਼ਰ ਆਉਂਦੀਆਂ ਨੇ। ਗੱਲ ਕਰ ਰਿਹਾ ਸੀ ਖਾਲਸਾ ਰਾਜ ਔਰ ਪੰਜਾਬੀ ਕਲਚਰ ਐਂਡ ਹੈਰੀਟੇਜ ਦੀ ਕਿ ਬੂਟੇ ਜਵਾਨ ਜਿਹੜੇ ਨੇ ਉਹਨਾਂ ਨੂੰ ਕੱਟ ਕੇ ਅਤੇ ਬਾਰਡਰੋਂ ਪਾਰ ਸੁੱਟ ਦਿੱਤਾ ਗਿਆ ਔਰ ਲੋਕਾਂ ਨੂੰ ਆਪਣੀ ਮਿੱਟੀ ਦੇ ਨਾਲ ਬਿਲਕੁਲ ਅਲੱਗ ਕਰ ਦਿੱਤਾ ਗਿਆ। ਇੰਜ ਕਰਕੇ ਪੰਜਾਬ ਦੀ ਵੰਡ ਹੁੰਦੀ ਹੈ ਔਰ ਬੜਾ ਪਤਾ ਨਹੀਂ ਕਿਉਂ ਮੈਨੂੰ ਹਰ ਟਾਈਮ ਜਿਹੜਾ ਇਹ ਗੱਲਾਂ ਯਾਦ ਆਉਂਦੀਆਂ ਨੇ, ਇਹ ਬਾਤਾਂ ਯਾਦ ਆਉਂਦੀਆਂ ਨੇ ਔਰ ਮੈਂ ਇਹ ਸਾਰਾ ਕੁਛ ਮੈਂ ਮੇਰੇ ਹੱਥੋਂ ਕਿਉਂ ਹੋ ਰਿਹਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਬੇਸ਼ੱਕ ਹੈ ਪੁਰਾਣੇ ਬੋਲਾਂ ਬਾਬੇ ਬੋਰਡ ਨੇ ਇਹ ਨਾਲ ਜੀ ਟੀ ਰੋਡ ਹੈ ਇਹ ਗੁਜ਼ਰ ਰਿਹਾ, ਦੇਖੋ ਪਿੱਛੇ ਤੁਸੀਂ ਇਹ ਜੀ ਟੀ ਰੋਡ ਗੁਜ਼ਰ ਰਿਹਾ, ਇਹਨਾਂ ਨੇ ਕਿੰਨਾ ਕੁਛ ਇੱਥੇ ਦੇਖਿਆ ਹੋਏਗਾ। ਇਸ ਬਾਬਾ ਬੋਰਡ ਨੇ ਔਰ ਇਸ ਬਾਬਾ ਬੋਰਡ ਨੇ ਪਤਾ ਨਹੀਂ ਕੀ ਕੁਛ ਦੇਖਿਆ ਹੋਣਾ ਆਪਣੀਆਂ ਅੱਖਾਂ ਦੇ ਨਾਲ, ਕਿੰਨੇ ਜ਼ੁਲਮ ਦੇਖੇ ਹੋਣਗੇ, ਕਿੰਨੀਆਂ ਕਹਾਣੀਆਂ ਜਿਹੜੀਆਂ ਨੇ ਉਹ ਇਹਨਾਂ ਨੂੰ ਯਾਦ ਹੋਣਗੀਆਂ। ਕਣਕਾਂ ਪੱਕੀਆਂ ਹੋਏ ਹੋਏ, ਹਾਵਾਂ ਔਰ ਸਿਸਕੀਆਂ ਔਰ ਬਹੁਤ ਕੁਛ ਇਹਨਾਂ ਦਰਖਤਾਂ ਨੇ ਸੁਣਿਆ ਹੋਏਗਾ, ਕਈਆਂ ਲੋਕਾਂ ਨੇ ਇਹਨਾਂ ਦੇ ਉੱਤੇ ਚੜ੍ਹ ਕੇ ਪਨਾਵਾਂ ਲਿੱਤੀਆਂ ਹੋਣਗੀਆਂ ਔਰ ਕਈ ਲੋਕ ਇਸ ਦਰਖਤ ਨੂੰ ਇਹ ਗੱਲ ਆਉਂਦੇ ਹੋਣਗੇ ਕਿ ਤੂੰ ਗਵਾਹ ਰਹੀ ਤੂੰ ਸਾਰਾ ਕੁਛ ਦੇਖਿਆ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਨੌਰਥ ਵੈਸਟ ਪੰਜਾਬ ਪਾਕਿਸਤਾਨ। ਬਹੁਤ ਜ਼ਿਆਦਾ ਸਾਰੇ ਲੋਕਾਂ ਦੀਆਂ ਯਾਦਾਂ ਵਾਪਸਤਾ ਹੋਣਗੀਆਂ ਇਹਨਾਂ ਜਗ੍ਹਾ ਦੇ ਨਾਲ, ਇਹਨਾਂ ਪਾਣੀ ਦੀਆਂ ਬੰਨਾਂ ਦੇ ਨਾਲ। ਦਿਲ ਤਾਂ ਕਰਦਾ ਇਹਨਾਂ ਦੀ ਛਾਂ ਦੇ ਵਿੱਚ ਆ ਕੇ ਬਹਿ ਜਾਵਾਂ, ਦਿਲ ਤਾਂ ਕਰਦਾ ਮੈਂ ਵੀ ਫਕੀਰ ਬਣ ਜਾਵਾਂ ਔਰ ਇਸ ਬੋਰਡ ਦੀਆਂ ਜੜ੍ਹਾਂ ਨਾਲ ਆ ਕੇ ਮੈਂ ਚੰਬੜ ਜਾਵਾਂ ਅਤੇ ਮੈਂ ਵੀ ਆਪਣੇ ਦਿਲ ਦਾ ਹਾਲ ਰੋ ਰੋ ਸੁਣਾਵਾਂ, ਇਹ ਮੇਰੇ ਦਿਲ ਦੀਆਂ ਗੱਲਾਂ ਸੁਣੇ ਔਰ ਮੇਰੇ ਵਰਗਾ ਫਿਰ ਕੋਈ ਦੀਵਾਨਾ ਇੱਥੇ ਆਵੇ, ਮੇਰੀ ਸਾਰੀ ਦਰਦ ਬੜੀ ਕਹਾਣੀ ਬਾਬਾ ਬੋਰਡ ਸੁਣਾਵੇ ਅਤੇ ਕਿੰਨਾ ਮਜ਼ਾ ਆਵੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਇੱਕ ਹੋਰ ਪਾਣੀ ਦੀ ਬੰਨ ਦੀ ਖੋਜ ਦੇ ਵਿੱਚ ਮੈਂ ਪਹੁੰਚਿਆ ਸੀ ਅੱਜ ਮੰਦਰਾ। ਇਹੋ ਖਾਲਸਾ ਰਾਜ ਦੇ ਦੌਰ ਦੀ ਬਣੀ ਹੋਈ ਪਾਣੀ ਦੀ ਬੰਨ ਔਰ ਵਾਟਰ ਰਿਜ਼ਰਵਾਇਰ ਖਿੱਤਾ ਪਠਵਾਰ ਦਾ। ਗੁਰਪ੍ਰੀਤ ਆਨੰਦ ਸਾਹਿਬ ਇੱਥੋਂ ਥੋੜ੍ਹੀ ਦੂਰ ਤੁਹਾਡਾ ਪਿੰਡ ਹੈ, ਸ਼ਰਮਾ ਸਾਹਿਬ ਤੁਹਾਡਾ ਇੱਥੋਂ ਥੋੜ੍ਹੀ ਦੇਰ ਪਿੰਡ ਦੂਰ ਜਿਹੜਾ ਉਹ ਪਿੰਡ ਹੈ ਔਰ ਵੇਖ ਲਵੋ ਜੜ੍ਹਾਂ ਜਿਹੜੀਆਂ ਨੇ ਉਹ ਬਹੁਤ ਹੀ ਗਹਿਰੀਆਂ ਨੇ।